ਕਾਸ਼ਕਰ ਵੀਰੋ ਅੱਜ ਸਮਝੂਦਾ ਆਪਣੀ ਤਿਲੀ ਦੀ ਫਸਲ ਦੇ ਅੰਦਰ ਅਸਾ ਇਹ April ਕਾਸ਼ ਦੀ ਤਿਲੀ ਲਾਈ ਹੋਈ ਆ ਇਹਦੇ ਉੱਤੇ ਅਸਾ ਚੋਪੇ ਲਾਨ ਤੋਂ 24 ਘੰਟੇ ਦੇ ਅੰਦਰ ਅੰਦਰ ਸਪਰੇਅ ਕਰਵਾਈ ਸੀ ਪੈਂਡੀਮੈਥਾਲੀਨ ਦੀ ਜਿਵੇਂ ਕਿ ਤੁਹਾਨੂੰ ਪਿਛਲੀ ਵੀਡੀਓ ਉਸੇ ਵੀ ਤੁਹਾਨੂੰ ਦੱਸਿਆ ਸੀ ਕਿ ਛੋੜੇ ਪੱਤੇ ਜਿਹੜੇ ਨੇ ਉਹ ਤੇ ਕੰਟਰੋਲ ਹੋ ਜਾਂਦੇ ਨੇ ਪੈਂਡੀਮੈਥਾਲੀਨ ਨਾਲ ਅਗਰ ਤੁਹਾਡਾ ਖੱਬਲ ਕਾ ਆ ਮੌਸਮੀ ਕਾ ਨਿਕਲੇ ਆਂਦਾ ਵਾ ਤੁਹਾਡੀ ਤਿਲੀ ਦੀ ਫਸਲ ਦੇ ਵਿੱਚ ਜਿਵੇਂ ਕਿ ਇਸ ਖੇਤ ਦੇ ਵਿੱਚ ਵੀ ਪੂਰੇ ਸਾਡੇ ਮੌਸਮੀ ਕਾ ਹੀ ਨਜ਼ਰ ਆਂਦੇ ਆ ਇਹਦੇ ਉੱਤੇ ਅਸਾ ਸਪਰੇਅ ਕਰਾਵਾਂਗੇ ਗਾਜ਼ੋਨੀਰ ਜਿਹੜਾ ਕਿ ਕੁਜ਼ਾਲੋਫੋਪ ਜ਼ਹਿਰ ਹੈਗਾ ਵਾ ਮਾਰਕੀਟ ਤੋਂ ਆਸਾਨੀ ਨਾਲ دستیاب ਹੋ ਜਾਏਗਾ ਕੈਨਜ਼ੋ ਕੰਪਨੀ ਦਾ ਪਰਸੈਪਟ ਦੇ ਨਾਮ ਤੋਂ ਹੈਗਾ ਜਿਹਦੇ ਵਿੱਚ ਹੈਗਾ ਇਲੌਕਸੀ ਪੀਮਥਾਈਲ ਉਹ 1000 ਰੁਪਏ ਦੀ ਬੋਟਲ ਆਏਗੀ ਤੁਹਾਡੀ ਕਿਲੇ ਦੇ ਉੱਤੇ ਸਪਰੇਅ ਹੋਏਗਾ ਉਸ ਤੋਂ ਇਲਾਵਾ ਕੁਜ਼ਾਲੋਫੋਪ ਜਿਹੜਾ ਜ਼ਹਿਰ ਹੈਗਾ ਮختلف ਕੰਪਨੀਆਂ ਕਾਮ ਦੇ ਨਾਮ ਤੋਂ ਉਸ ਤੋਂ ਇਲਾਵਾ ਗਾਜ਼ੋਨੀਰ ਦੇ ਨਾਮ ਤੋਂ ਦੇ ਰੀਆਂ ਨੇ ਉਹ 80 ਐਮਐਲ ਫੀ ਟੈਂਕੀ ਦੇ ਵਿੱਚ ਪਾ ਕੇ ਤਰ ਬਤਰ ਹਾਲਤ ਇਸਾ ਸਪਰੇ ਕਰਾਵਾਂਗੇ ਇਨਸ਼ਾਅੱਲਾ 8 ਤੋਂ 10 ਦਿਨ ਬਾਅਦ ਜਿਹੜਾ ਤੁਹਾਨੂੰ ਗੰਧ ਨਜ਼ਰ ਆ ਰਿਹਾ ਇਹ ਬਿਲਕੁਲ ਸਫਾਇਆ ਹੋ ਜਾਂਦਾ ਵਾ ਖੇਤ ਦੇ ਵਿੱਚੋਂ ਅਗਰ ਵੀਡੀਓ ਅੱਛੀ ਲੱਗੀ ਹੋਵੇ ਵੀਡੀਓ ਨੂੰ ਸ਼ੇਅਰ ਕਰ ਦਿਓ ਜੇ ਤਾਂ ਕਿ ਤਮਾਮ ਕਿਸਾਨ ਭਾਈਆਂ ਦਾ ਭਲਾ ਹੋ ਸਕੇ ਅਸਲਾਮੁਅਲੈਕਮ